ਹਾਂਜੀ ਸਸੇ ਕਾ ਜੀ ਅੱਜ ਆਪਾਂ ਡੌਗ ਦਾ ਟੈਂਪਰੇਚਰ ਬਾਰੇ ਗੱਲ ਕਰਨ ਜਾ ਰਹੇ ਹਾਂ ਇਹ ਪੱਗਨ ਅਸਲ ਦਾ ਡੌਗ ਹੈ ਇਹ ਅੱਜ ਸਵੇਰ ਦਾ ਘੱਟ ਖਾਣਾ ਪੀਣਾ ਕਰ ਰਿਹਾ ਇਹਦਾ ਟੈਂਪਰੇਚਰ ਚੈੱਕ ਕਰ ਰਹੇ ਹਾਂ ਨਾਲੇ ਤੁਹਾਨੂੰ ਦੱਸਾਂਗੇ ਕਿੰਨਾ ਟੈਂਪਰੇਚਰ ਨਾਰਮਲ ਹੈ ਕਿੰਨੇ ਤੇ ਬੁਖਾਰ ਸ਼ੋ ਹੁੰਦਾ ਜੋ ਸਹੀ ਟੈਂਪਰੇਚਰ ਆਉਂਦੇ ਬਾਰੇ ਗੱਲਬਾਤ ਕਰਾਂਗੇ ਇਹ ਬਹੁਤ ਹੀ ਸ਼ੌਂਕ ਨਾਲ ਪਾਲਿਆ ਹੈ ਇਹ ਪਾਕ ਨਸਲ ਦਾ ਡੌਗ ਦੀ ਉਮਰ ਤਕਰੀਬਨ 8 ਸਾਲ ਹੋ ਗਈ 8 ਸਾਲ ਉਮਰ ਹੋ ਗਈ ਹੈ ਇਹਦੀ ਬਹੁਤ ਵਧੀਆ ਬਲੈਕ ਰੰਗ ਦਾ ਡੌਗ ਹੈ ਪਾਕ ਨਸਲ ਹੈ ਆ ਤੁਹਾਨੂੰ ਦਿਖਾ ਰਹੇ ਹਾਂ ਇਹਦੇ ਬਾਰੇ ਅੱਜ ਆਪਾਂ ਇਹ ਸਵੇਰ ਦਾ ਖਾਣਾ ਪੀਣਾ ਘੱਟ ਕਰ ਗਿਆ ਤਾਨੂੰ ਅੱਖਾਂ ਦਿਖਾ ਰਿਆਂ ਲਾਲੀ ਚ ਅੱਖਾਂ ਇਹ ਤਾਂ ਬਹੁਤ ਵਧੀਆ ਗੱਲ ਆ ਲਾਲੀ ਚ ਹੋਣੀ ਆ ਜ਼ਰੂਰੀ ਚਾਹੀਦੀ ਆ ਜੋ ਇਹਦਾ ਟੈਂਪਰੇਚਰ ਆ ਉਹ 103.5 ਆ ਕਹਿੰਦਾ ਮਤਲਬ ਬੁਖਾਰ ਆ ਡੌਗ ਨੂੰ ਜੋ ਨਾਰਮਲ ਟੈਂਪਰੇਚਰ ਆ ਉਹ ਡੌਗ ਪੱਕ ਦਾ ਟੈਂਪਰੇਚਰ 101 ਤੋਂ ਲੈ ਕੇ 102 ਤੱਕ ਨਾਰਮਲ ਆ ਜੇ ਡੌਗ ਨੂੰ ਟੈਂਪਰੇਚਰ 102.5 103 ਟੈਂਪਰੇਚਰ ਆਉਂਦਾ ਤਾਂ ਡੌਗ ਨੂੰ ਬੁਖਾਰ ਹੈ ਬੁਖਾਰ ਦੀ ਸਥਿਤੀ ਚ ਡੌਗ ਬੁੱਕਲ ਮਾਰ ਕੇ ਬੈਠ ਜਾਂਦਾ ਜਾਂ ਕਿਤੇ ਲੁੱਕ ਕੇ ਬੈਠ ਜਾਂਦਾ ਇਸ ਤੋਂ ਕਨਫਰਮ ਹੋ ਜਾਂਦਾ ਹੈ ਕਿ ਡੌਗ ਨੂੰ ਬੁਖਾਰ ਹੈ ਇਹ ਤੁਹਾਡੇ ਸਾਹਮਣੇ ਬੈਠਾ ਡੌਗ ਪੱਗ ਨਸਲ ਦਾ ਇਹ ਬੁੱਕਲ ਜੀ ਮਾਰ ਕੇ ਬੈਠ ਜਾਂਦਾ ਆਦੇ ਮਾਲਕ ਤੋਂ ਦੂਰ ਜਾ ਕੇ ਬੈਲ ਜਾਂਦਾ ਲੁੱਕ ਕੇ ਬੈਠ ਜਾਂਦਾ ਇਹ ਬਹੁਤ ਹੀ ਵੱਡੀ ਨਿਸ਼ਾਨੀ ਆ